ਅੰਮ੍ਰਿਤਸਰ ਦੇ ਪਿੰਡ ਮਾਹਲ ਵਿੱਚ 2000 ਦੇ ਲਈ ਕੁਝ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਇਸ ਮੌਕੇ ਰਾਤ ਨੂੰ ਬਿਜਲੀ ਠੀਕ ਕਰਨ ਗਏ ਬਿਜਲੀ ਮੁਲਾਜ਼ਮਾਂ ਉੱਤੇ ਵੀ ਇਹਨਾਂ ਨੇ ਹਮਲਾਵਰ ਸਮਝ ਕੇ ਗੋਲੀਆਂ ਅਤੇ ਇੱਟਾਂ ਚਲਾਈਆਂ। ਇਸ ਦੌਰਾਨ ਇੱਕ ਜਵਾਨ ਜ਼ਖਮੀ ਹੋ ਗਿਆ। ਉੱਥੇ ਹੀ ਸੂਚਨਾ ਪਾ ਕੇ ਮੌਕੇ ਤੇ ਉੱਤੇ ਪਹੁੰਚੀ ਪੁਲਿਸ ਆਪਣੀ ਇਲਾਕਾਬੰਦੀ ਨੂੰ ਲੈ ਕੇ ਬਿਨਾਂ ਕਾਰਵਾਈ ਕੀਤੇ ਹੀ ਉੱਥੋਂ ਚਲੀ ਗਈ। ਘਰੋਂ ਬੁਲਾਇਆ ਮੈਨੂੰ ਇਹਨਾਂ ਨੇ ਕਿ ਇੱਥੇ ਆਣ ਕੇ ਗੱਲ ਸੁਣ ਕੇ ਜਾ, ਅਤੇ ਫਿਰ ਇਹਨਾਂ ਨੇ ਮੇਰੇ ਤੇ ਆਣ ਕੇ ਫਾਇਰ ਕੀਤੇ, ਇੱਟੇ ਰੋੜੇ ਚਲਾਏ, ਕਿਰਪਾਨਾਂ ਇਹਨਾਂ ਦੇ ਕੋਲ ਸੀਗੀਆਂ। ਇੱਕ ਇਹਨਾਂ ਦੇ ਨਾਲ ਕਿ ਟਿੰਮੀ ਆ, ਜਿਹਨੇ ਇਹਨਾਂ ਨੂੰ ਮਤਲਬ ਉੱਥੋਂ ਸਪੋਰਟ ਕੀਤੀ ਕਿ ਠੀਕ ਆ ਮੈਂ ਤੁਹਾਡੇ ਨਾਲ ਮੈਂ ਮਦਦ ਕਰੂੰਗਾ ਤੁਹਾਡੀ। ਇੱਕ ਭਾਈ ਆ ਮੁੰਡਾ ਇੱਥੋਂ ਦਾ, ਉਹਨੇ ਕਿਹਾ ਮੈਂ ਹੈਗਾ ਵਾਂ ਇਹਦਾ ਭਤੀਜਾ, ਕੀ ਨਾਂ ਉਹਦਾ, ਜਮਲੇ ਦਾ ਭਤੀਜਾ ਵਾਂ। ਅਤੇ ਇਹ ਉਹਨੇ ਮੈਨੂੰ ਫੋਨ ਕੀਤਾ ਜਮਲੇ ਦੇ ਭਤੀਜੇ ਨੇ ਕਿ ਤੂੰ ਇੱਥੇ ਆ, ਅਤੇ ਜਦੋਂ ਮੈਂ ਇੱਥੇ ਆਇਆ ਤਾਂ ਇਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਫਿਰ ਮੈਂ ਆਪਣਾ ਘਰ ਚਲ ਗਿਆ, ਘਰੋਂ ਇਹਨਾਂ ਮੈਨੂੰ ਬਹੁਤ ਗਾਲੀ ਕਲੋਜ਼ ਕੀਤਾ ਜਿਹਦੀਆਂ ਮੇਰੇ ਕੋਲ ਸਾਰੀਆਂ ਰਿਕਾਰਡਿੰਗਾਂ ਵੀ ਹੈਗੀਆਂ। ਕਿੰਨੇ ਕੁ ਦਾ ਟਾਈਮ ਸੀ ਉਹਦਾ? ਟਾਈਮ ਕੋਈ 9:30-10 ਵਜੇ ਦਾ ਟਾਈਮ ਦੀ ਗੱਲ ਹੈਗੀ। ਮਤਲਬ ਕਰੈਕਟ ਟਾਈਮ ਮੈਂ ਨਹੀਂ ਵੇਖਿਆ ਉਸ ਟਾਈਮ, ਮੈਂ ਹੜਦਬੜੀ ਦੇ ਵਿੱਚ ਹਾਂ। ਇਹਨਾਂ ਨੇ ਪੱਥਰ ਬਹੁਤ ਜ਼ਿਆਦਾ ਮਾਰੇ ਆ। ਇੱਥੇ ਇੱਕ ਬਿਜਲੀ ਵਾਲਾ ਬਿਜਲੀ ਠੀਕ ਕਰਨ ਡਿਆ ਸੀ, ਉਹਦੇ 'ਤੇ ਵੀ ਗੋਲੀ ਮਾਰਨ ਲੱਗੇ। ਇੱਕ ਮੇਰਾ ਫੌਜੀ ਮੈਨੂੰ ਜਾਣਦਾ ਸਰਜੀਤ ਸਿੰਘ, ਉਹਨਾਂ ਨੇ ਰਫਲ ਤਾਂ ਉਹਨੂੰ ਕਰ ਦਿੱਤੀ, ਉਹਦਾ ਬਚਾਅ ਹੋ ਗਿਆ। ਸਦੀਸੋਂ ਆਉਂਦੇ ਵੀ ਇਹ ਪਾਰਟੀ ਦੱਸਦੀ ਆ ਵੀ ਇੱਧਰੋਂ ਆਏ ਬੰਦੇ ਫਾਇਰਿੰਗ ਕਰਦੇ, ਸ਼ਾਇਦ ਦੇ ਥੋੜ੍ਹੇ ਨੇ ਫਾਇਰ ਕੀਤੇ ਆ, ਉਹ ਤਸਦੀਕ ਕਰ ਲਏ ਆ, ਜੋ ਕਾਰਵਾਈ ਉਹ ਫਿਰ ਕਰ ਦਿੰਦੇ। ਖੋਲ ਮਿਲੇ ਤੁਹਾਨੂੰ? ਖੋਲ ਤਸਦੀਕ ਕਰ ਗਏ ਆ, ਪਾਰਟ ਬਬਲ ਕਮਾਲ ਦੱਸਣ ਮੁਤਾਬਕ 3 ਖੋਲ ਉਹਨਾਂ ਨੇ ਬੰਦ ਦੇ ਦਿੱਤੇ ਆ, ਕਲੀਅਰ ਕਰ ਲੈਣੇ ਕੀ ਆ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।